ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਹਰਮਨ ਰੇਡੀਓ ਤੋਂ ਤੁਹਾਡੇ ਰੂਬਰੂ ਫੇਰ ਹਾਂ ਜੀ। ਅਤੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਇੱਕ ਨਵੀਂ ਸ਼ਖਸੀਅਤ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਅਤੇ ਸ਼ਖਸੀਅਤ ਤਕਰੀਬਨ ਸਾਡੀ ਕੋਸ਼ਿਸ਼ ਹੁੰਦੀ ਆ ਉਹਦੀ ਜਿਹੜੀ ਤਾਜ਼ਾ ਕਰੰਟ ਇਸ਼ੂ ਹੋਣ ਅਤੇ ਕਰੰਟ ਮਸਲੇ ਹੋਣ ਅਤੇ ਚਰਚਾ ਦਾ ਵਿਸ਼ਾ ਹੋਵੇ। ਅੱਜ ਕੱਲ੍ਹ ਜਿੱਦਾਂ ਕਿ ਤੁਹਾਨੂੰ ਪਤਾ, ਪੰਜਾਬੀ ਫਿਲਮਾਂ ਦਾ ਦੌਰ ਬੜੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਅਤੇ ਉਸੇ ਤਹਿਤ ਬਹੁਤ ਨਵੀਆਂ ਨਵੀਆਂ ਫਿਲਮਾਂ ਆ ਰਹੀਆਂ ਜਿਹਦੇ 'ਚ ਨਵੇਂ ਅਤੇ ਪੁਰਾਣੇ ਕਲਾਕਾਰ ਆਪਣੇ ਆਪਦੇ ਜ਼ੋਰ ਦਿਖਾ ਰਹੇ ਆ। ਅਤੇ ਇੱਕ ਜਿਹੜੀ ਫਿਲਮ ਅੱਜ ਚਰਚਾ 'ਚ ਆ ਉਹ ਆ ਜੀ ਪੰਜਾਬ ਬੋਲਦਾ। ਸੋ ਮੈਂ ਪੰਜਾਬ ਬੋਲਦਾ, ਇਹ ਫਿਲਮ ਦੇ ਨਾਂ ਤੋਂ ਹੀ ਤੁਹਾਨੂੰ ਮਹਿਸੂਸ ਹੋ ਗਿਆ ਹੋਣਾ ਵੀ ਇਹ ਫਿਲਮ ਕੌਣ ਕਰ ਸਕਦਾ। ਤਾਂ ਇਹ ਫਿਲਮ ਦੇ ਜਿਹੜੇ ਮੇਨ ਜਿਹੜੇ ਹੀਰੋ ਆ ਅਤੇ ਉਹ ਸਾਡੇ ਨਾਲ ਅੱਜ ਮੇਰੀ ਮੁਰਾਦ ਸਰਬਜੀ ਚੀਮਾ ਹੋਰਾਂ ਨਾਲ, ਅਤੇ ਮੈਂ ਉਹਨਾਂ ਨਾਲ ਹੀ ਉਹਨਾਂ ਦੀ ਜਵਾਨੀ ਆਪਾਂ ਇਸ ਫਿਲਮ ਬਾਰੇ ਪੁੱਛਦੇ ਹਾਂ। ਸੋ ਚੀਮਾ ਸਾਹਿਬ, ਸਵਾਗਤ ਹੈ ਜੀ ਤੁਹਾਡਾ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਵਿੱਚ। ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ, ਟੀ ਵੀ ਵੇਖਣ ਵਾਲਿਆਂ ਨੂੰ, ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ। ਅਤੇ ਬਰਾੜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾਇਆ ਜੀ, ਗੱਲਬਾਤ ਕਰਨ ਦਾ ਮੌਕਾ। ਜੀ ਸਤਿ ਸ਼੍ਰੀ ਅਕਾਲ ਪ੍ਰਵਾਨ ਆ ਜੀ। ਅਤੇ ਚੀਮਾ ਸਾਹਿਬ, ਜਿੱਦਾਂ ਕਿ ਹੁਣ ਤੱਕ ਤੁਸੀਂ ਗਾਇਕੀ ਦਾ ਸਫ਼ਰ ਰਿਹਾ ਤੁਹਾਡਾ, ਅਤੇ ਮੈਂ ਕੁਝ ਕੁ ਗਿਣੇ ਚੁਣੇ ਗਾਇਕਾਂ 'ਚ ਤੁਹਾਡਾ ਨਾਂ ਗਿਣਦਾ ਜਿਨ੍ਹਾਂ ਨੇ ਆਪਦੀ ਲਾਈਫ ਦੇ ਵਿੱਚ ਸਾਫ਼ ਸੁਥਰਾ ਗਾਉਣ ਦਾ ਅਤੇ ਸਾਫ਼ ਸੁਥਰੀ ਇਮੇਜ ਰੱਖਣ 'ਚ ਕਾਮਯਾਬ ਰਹੇ ਆ। ਕਿਉਂਕਿ ਅੱਜ ਕੱਲ੍ਹ ਕਹਿੰਦੇ ਨਹੀਂ ਹੁੰਦੇ ਵੀ ਚਿੱਕੜ ਦੇ ਚਾਰ ਚੁਫੇਰੇ ਵਿੱਚ ਆਪਦੇ ਆਪ ਨੂੰ ਸਾਫ਼ ਰੱਖਣਾ ਵੀ ਬਹੁਤ ਔਖਾ। ਸੋ ਪਹਿਲਾਂ ਤਾਂ ਅਸੀਂ ਉਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਬੜਾ ਵਧੀਆ ਅੱਜ ਤੱਕ ਹੁਣ ਤੱਕ ਦਾ ਕੈਰੀਅਰ ਨਿਭਾਇਆ, ਅਤੇ ਹੁਣ ਤੁਸੀਂ ਜਿਹੜਾ ਫਿਲਮਾਂ ਵਾਲੀ ਪਾਰੀ ਵੀ ਖੇਡ ਰਹੇ ਹੋ ਕਾਫੀ ਚਿਰ ਤੋਂ, ਅਤੇ ਇਹਦੇ ਬਾਰੇ ਸਾਨੂੰ ਦੱਸੋ ਵੀ ਤੁਸੀਂ ਕੀ ਸੋਚ ਕੇ ਅਤੇ ਕਿਸ ਢੰਗ ਨਾਲ ਗਾਇਕੀ ਤੋਂ ਫਿਲਮਾਂ ਵਾਲੇ ਪਾਸੇ ਆਏ। ਸਭ ਤੋਂ ਪਹਿਲੀ ਫਿਲਮ ਜਿਹੜੀ ਮੈਂ ਬਣਾਈ ਸੀਗੀ ਬਰਾੜ ਸਾਹਿਬ, ਉਹ ਬਣੀ ਸੀ 2005 ਦੇ ਵਿੱਚ ਜੀ, ਪਿੰਡ ਦੀ ਕੁੜੀ। ਉਦੋਂ ਵੀ ਕੋਈ ਮੇਰੀ ਤਮੰਨਾ ਨਹੀਂ ਸੀ ਜੀ, ਮੈਂ ਗਾਇਕੀ ਦੀ ਗੱਲ ਵੀ ਗਾਂਹ ਜਾ ਕੇ ਖੋਲਦਾ, ਫਿਲਮਾਂ ਦਾ ਵੀ ਇਹ ਸਬੱਬ ਬਣਦਾ ਜੀ, ਕੁਦਰਤ ਹੈ ਜੀ, ਇਹ ਬੇਅੰਤ ਚੀਜ਼ ਹੈ ਜੀ, ਇਸ ਤੋਂ ਵੱਡਾ ਕੁਛ ਨਹੀਂ ਹੈਗਾ ਜੀ। ਜਿਹੜੀ ਕੁਦਰਤ ਹੈ ਉਹਨੇ ਤੁਹਾਨੂੰ, ਤੁਸੀਂ ਕਰਮ ਕਿਵੇਂ ਦੇ ਕਰਦੇ ਹੋ, ਠੀਕ ਹੈ ਜੀ, ਜੇ ਤੁਹਾਡੀ ਚੰਗੀ ਸੋਚ ਆ, ਤੁਸੀਂ ਮਿਹਨਤ ਕਰਦੇ ਹੋ, ਚੰਗੇ ਕਰਮ ਕਰਦੇ ਹੋ, ਤਾਂ ਪਰਮਾਤਮਾ ਤੁਹਾਡਾ ਚੰਗਾ ਰਸਤਾ ਜਿਹੜੀ ਕੁਦਰਤ ਤੋਂ ਕੱਢ ਦਿੰਦੀ ਹੈ ਜੀ। ਫਿਲਮਾਂ ਮੈਨੂੰ ਜਦੋਂ ਰੰਗਲਾ ਪੰਜਾਬ ਮੇਰਾ ਹਿੱਟ ਹੋਇਆ ਸੀ 96 ਦੇ ਏਟ 'ਤੇ ਜੀ, ਉਦੋਂ ਵੀ ਫਿਲਮਾਂ ਦੀ ਔਫਰ ਮੈਨੂੰ ਆਈ ਸੀ ਜੀ। ਉਦੋਂ ਪੰਜਾਬੀ ਗਾਇਕਾਂ ਦੇ ਵਿੱਚੋਂ ਗੁਰਦਾਸ ਭਾਅ ਜੀ ਦੀ ਫਿਲਮ ਆਈਆਂ ਸੀਗੀਆਂ ਜੀ, ਹੋਰ ਕਿਸੇ ਦੀ ਨਹੀਂ ਆਈ ਸੀ ਜੀ। ਉਦੋਂ ਮੈਂ ਨਵਾਂ ਹੋਣ ਕਰਕੇ ਮੈਂ ਆਪਣੇ ਪਰਿਵਾਰ ਨਾਲ ਸਲਾਹ ਕੀਤੀ, ਯਾਰਾਂ ਮਿੱਤਰਾਂ ਦੋਸਤਾਂ ਨਾਲ ਸਲਾਹ ਕੀਤੀ, ਮੈਨੂੰ ਲੱਗਿਆ ਸਾਨੂੰ ਸਭ ਨੂੰ ਵੀ ਹਾਲੇ ਸਾਨੂੰ ਫਿਲਮ ਨਹੀਂ ਕਰਨੀ ਸੀ, ਮੈਂ ਮਨਾ ਕਰਤਾ ਜੀ। ਟਾਈਮ ਲੰਘ ਗਿਆ, ਉਸ ਤੋਂ ਬਾਅਦ ਸਾਡੀ ਇੱਕ ਐਲਬਮ ਆਈ ਸੀ ਰੰਗ ਜੀ, ਜਿਹਦੇ 'ਚ ਪੈਸਾ ਗੀਤ ਸੀਗਾ ਜੀ, ਮੇਲਾ ਦੋ ਘੜੀਆਂ ਤੇਰੇ ਲੱਕ ਦਾ ਹੁਲਾਰਾ ਕਰਨਾ ਸੀਗਾ, ਉਹ ਫਿਰ ਇੰਟਰਨੈਸ਼ਨਲ ਲੈਵਲ 'ਤੇ ਐਲਬਮ ਬੜੀ ਹਿੱਟ ਹੋਈ ਜੀ। ਫਿਰ ਮੇਰੇ ਕੋਲ ਜਿਹੜੇ ਪ੍ਰੋਡਿਊਸਰ ਲੋਕ ਸੀਗੇ, ਡਾਇਰੈਕਟਰ ਲੋਕ, ਉਹ ਆਉਣੇ ਸ਼ੁਰੂ ਹੋ ਗਏ ਜੀ, ਉਹਨਾਂ ਦੇ ਵਿੱਚ ਫਿਰ ਇਕਬਾਲ ਢਿੱਲੋਂ ਸਾਹਿਬ ਅਤੇ ਸੁਖਵੰਤ ਢੱਡਾ ਜੀ, ਇਹ ਦੋਨੋਂ ਬੰਦੇ ਇਹ ਹੀ ਮੈਨੂੰ ਪਹਿਲਾਂ ਮਿਲੇ ਸੀ 96 'ਚ ਜੀ, ਉਹ ਹੀ ਬੰਦੇ ਆ ਦੁਬਾਰਾ ਆਏ ਹੋਰ ਬੰਦੇ ਦੇ ਨਾਲ, ਮੈਨੂੰ ਲੱਗਾ ਵੀ ਇਹ ਟੀਮ ਜਿਹੜੀ ਆ ਅਖਬਾਰ ਢਿੱਲੋਂ ਸਾਹਿਬ ਨੇ ਕਈ ਫਿਲਮਾਂ ਬਣਾਈਆਂ ਜੀ, ਬਦਲਾ ਜੱਟੀ ਦਾ ਵਰਗੀਆਂ, ਪੁੱਤ ਜੱਟਾਂ ਦੇ, ਵੀ ਇਹਨਾਂ ਬੰਦਿਆਂ ਨੇ ਮੈਨੂੰ ਕੰਮ ਕਰਨਾ ਸੀ। ਫਿਰ ਮੈਂ ਸੋਚ ਵਿਚਾਰ ਕੀਤਾ ਵੀ ਹੁਣ ਟਾਈਮ ਵੀ ਹੈ, ਉਦੋਂ ਹਰਭਜਨ ਮਾਨ ਦੀ ਫਿਲਮ ਵੀ ਆ ਚੁੱਕੀ ਸੀ ਜੀ, ਅਤੇ ਉਸ ਤੋਂ ਬਾਅਦ ਮੈਂ ਫਿਰ ਪੰਜਾਬੀ ਗਾਇਕਾਂ ਦੇ ਵਿੱਚੋਂ ਤੀਸਰਾ ਗਾਇਕ ਮੈਂ ਸੀਗਾ ਜਿਹੜਾ ਜਿਹਨੇ ਫਿਲਮ ਕੀਤੀ ਪਿੰਡ ਦੀ ਕੁੜੀ ਦੀ। ਇਹ ਮੇਰਾ ਸਵੱਬ ਜਿਹੜਾ ਜੀ ਫਿਲਮਾਂ ਦੇ ਵਿੱਚ ਆਉਣ ਦਾ ਸਵਾਬ ਆ, ਉਹ ਇਕਬਾਲ ਢਿੱਲੋਂ ਅਤੇ ਸੁਖਵੰਤ ਢੱਡਾ ਜੀ ਦੇ ਜੀ ਥਰੂ ਹੈ। ਓਕੇ ਜੀ, ਸੋ ਇਹ ਤਾਂ ਤੁਸੀਂ ਦੱਸਿਆ ਸ਼ੁਰੂਆਤ ਹੋਈ, ਅਤੇ ਹੁਣ ਜਿਹੜੀ ਇਹ ਫਿਲਮ ਆ ਪੰਜਾਬ ਬੋਲਦਾ, ਮੈਂ ਪੰਜਾਬ ਬੋਲਦਾ, ਇਸ ਦਾ ਡਾਇਰੈਕਟਲੀ ਦੱਸ ਰਿਹਾ ਵੀ ਕੋਈ ਨਾ ਕੋਈ ਉਹ ਆਪਦਾ ਦੁਖਾਂਤ ਜਾਂ ਕੋਈ ਨਾ ਕੋਈ ਆਪਦੀ ਇਹੋ ਜਿਹੀ ਚੀਜ਼ ਬੋਲ ਰਿਹਾ ਜਿਹੜੀ ਤੁਸੀਂ ਉਹਨੂੰ ਪਰਦੇ ਦੇ ਜ਼ਰੀਏ ਆਮ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ, ਇਹਦੇ ਥੋੜ੍ਹਾ ਜਿਹਾ ਇਹਦੇ ਬਾਰੇ 'ਚ ਬਰੀਫ 'ਚ, ਕਿਉਂਕਿ ਮੈਂ ਜ਼ਿਆਦਾ ਤਾਂ ਨਹੀਂ ਚਾਹੂੰਗਾ ਕਿਉਂਕਿ ਲੋਕ ਫਿਲਮ ਦੇਖਣ ਅਤੇ ਉੱਥੇ ਜਾ ਕੇ ਉਹ ਡਿਸਾਈਡ ਕਰਨ, ਪਰ ਫਿਰ ਵੀ ਇਹਦਾ ਥੋੜ੍ਹਾ ਜਿਹਾ ਥੀਮ ਸਾਡੇ ਮਨ 'ਚ ਹੋਣਾ ਚਾਹੀਦਾ ਫਿਲਮ ਜਾਣ। ਬਰਾੜ ਸਾਹਿਬ ਜਿਵੇਂ ਗੱਲ ਕਰ ਚੁੱਕੇ ਹੋ ਜੀ ਪਹਿਲਾਂ, ਕਿ ਜਿਹੜਾ ਟਾਈਟਲ ਹੀ ਹੈ ਉਹ ਹੀ ਦੱਸਦਾ ਕਿ ਪੰਜਾਬ ਬੋਲਦਾ, ਪੰਜਾਬ ਜਦੋਂ ਬੋਲੂਗਾ ਪੰਜਾਬ ਕੋਈ ਛੋਟੀ ਮੋਟੀ ਕਹਾਣੀ ਜਾਂ ਕੋਈ ਛੋਟੀ ਮੋਟੀ ਗੱਲ ਨਹੀਂ ਬੋਲ ਸਕਦਾ, ਪੰਜਾਬ ਫਿਰ ਪੂਰਾ ਹੀ ਬੋਲੇਗਾ ਜੀ। ਅਸੀਂ ਕੋਸ਼ਿਸ਼ ਕੀਤੀ ਹੈ, ਪੰਜਾਬ ਬੋਲਦਾ ਟਾਈਟਲ ਹੈ, ਸਾਨੂੰ ਵੀ ਚੈਲੇਂਜ ਸੀ ਵੀ ਇਹ ਜਿਹੜੀ ਫਿਲਮ ਹੈ ਬਹੁਤ ਵੱਡੀ ਬਣਨੀ ਚਾਹੀਦੀ ਆ, ਅਸੀਂ ਇਹਦੇ ਨਾਲ ਇਨਸਾਫ਼ ਕਰ ਪਾਈਏ। ਉਹ ਟੀਮ ਅਸੀਂ ਨਾਲ ਹਾਇਰ ਕੀਤੀ, ਡਾਕਟਰ ਸਤੀਸ਼ ਕੁਮਾਰ ਵਰਮਾ ਜੀ ਵਰਗੇ ਬੰਦੇ, ਰਵਿੰਦਰ ਪੀਪਲ ਵਰਗੇ ਜੀ, ਹੋਰ ਬੰਦੇ ਜਿਹੜੇ ਸ਼ਵਿੰਦਰ ਮਹਾਲ, ਸਰਦਾਰ ਸੋਹੀ ਵਰਗੇ, ਰਾਣਾ ਜੰਗ ਬਹਾਦਰ, ਉਹਨਾਂ ਨੂੰ ਨਾਲ ਲੈ ਕੇ ਅਸੀਂ ਫਿਲਮ ਬਣਾਈ ਹੈ। ਇਹਦੇ ਵਿੱਚ ਪੰਜਾਬ ਬੋਲਦਾ ਕਲੀਅਰ ਹੁੰਦੀ ਹੈ ਗੱਲ ਕਿ ਪੰਜਾਬ ਬੋਲੂਗਾ ਤਾਂ ਪੰਜਾਬ ਜਦੋਂ ਤੋਂ ਲੈ ਕੇ ਵਸਿਆ, ਪੰਜਾਬ ਉਦੋਂ ਬਾਅਦ ਉਜੜਿਆ ਨਹੀਂ, ਮੈਂ ਕਹਿ ਸਕਦਾ ਵੰਡਿਆ ਗਿਆ, ਨੁਕਸਾਨ ਹੋਇਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋਗੇ ਪੰਜਾਬ ਦੇ ਕਿਹੜੇ ਕਿਹੜੇ ਦੁੱਖ ਆਏ, ਕਿਹੜੇ ਕਿਹੜੀਆਂ ਹਨੇਰੀਆਂ ਚੱਲੀਆਂ, ਪਰ ਪੰਜਾਬ ਹੁਣ ਫਿਰ ਕਿੱਥੇ ਵੀ ਹੈ ਜੀ, ਪੰਜਾਬ ਹੋਰ ਫੈਲ ਗਿਆ। ਇੱਕ ਵਾਰੀ ਪੰਜਾਬ ਦੇ ਦੋ ਟੋਟੇ ਹੋਏ, ਹੁਣ ਮੇਰੇ ਖਿਆਲ 10 ਤੋਂ ਬਾਅਦ 15 ਪੰਜਾਬ ਪ੍ਰਦੇਸ਼ਾਂ ਵਿੱਚ ਆ ਗਏ, ਮਿੰਨੀ ਪੰਜਾਬ ਬਸ ਗਏ। ਅਤੇ ਅਸੀਂ ਸਿੱਟਾ ਅਕਸਰ ਇਹ ਕੱਢਿਆ ਕਿ ਤਾਕਤਾਂ ਜਿਹੜੀਆਂ ਨੇ ਹੁਣ ਵੀ ਕੰਮ ਕਰ ਰਹੀਆਂ, ਬੇਸ਼ੱਕ ਉਹ ਸਾਡੇ ਆਪਣੇ ਹੀ ਆ, ਪੋਲੀਟੀਸ਼ੀਅਨ ਹੋਏ, ਕਿ ਮੈਨੂੰ ਗੱਲ ਕਹਿੰਦੇ ਨੂੰ ਕੋਈ ਚੱਕ ਨਹੀਂ ਗਈ,
ਪੁਲਿਸ ਦਾ ਰੁਤਬਾ ਹੋਇਆ ਲੋਕਾਂ ਪ੍ਰਤੀ, ਜਿਹੜੀਆਂ ਹੋਰ ਤਾਕਤਾਂ ਜਿਹੜੀਆਂ ਕਿੰਨੇ ਕੁ ਯੂਥ ਉੱਠ ਹੀ ਨਾ ਪਾਵੇ, ਕਿਸਾਨ ਮਜ਼ਦੂਰ ਉੱਠ ਹੀ ਨਾ ਪਾਵੇ, ਕੁਚਲੇ ਰਹਿਣ, ਇਹਨਾਂ ਨੂੰ ਸੁਰਤੀ ਨਾ ਆਵੇ ਅਤੇ ਸਾਡਾ ਰਾਜ ਚੱਲਦਾ ਰਹੇ। ਇਹ ਜਿਹੜੀ ਸਾਰੀ ਜਿਹੜੀ ਤਸਵੀਰ ਇਸ ਫਿਲਮ ਦੇ ਵਿੱਚ ਅਸੀਂ ਨੰਗੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲੀ ਢਾਂਚਾ ਸਾਡੇ ਸਮਾਜ ਦਾ ਕੀ ਆ। ਇਹ ਪੰਜਾਬੀ ਕੌਮ ਜਿਹੜੇ ਪੰਜਾਬੀ ਆ, ਇਹ ਅਸੀਂ ਇਹ ਕਿਹਾ ਕਿ ਤੁਹਾਨੂੰ ਹੀ ਉੱਠ ਕੇ ਮੂਹਰੇ ਆਉਣਾ ਪੈਣਾ, ਕਿਸੇ ਹਰਿਆਣੇ ਵਾਲੇ ਨੇ ਜਾਂ ਕਿਸੇ ਹੋਰ ਸੂਬੇ ਨੇ, ਤੁਹਾਨੂੰ ਨਹੀਂ ਬਚਾਉਣਾ। ਜੇ ਸਾਡਾ ਨੁਕਸਾਨ ਹੋ ਰਿਹਾ, ਸਾਨੂੰ ਕੁਚਲਿਆ ਜਾ ਰਿਹਾ, ਤੇ ਸਾਨੂੰ ਆਪਣਾ ਬਚਾਅ ਜਿਹੜਾ ਕਰਨਾ ਉਹ ਖੁਦ ਕਰਨਾ ਪੈਣਾ। ਤੇ ਫਿਲਮ ਦੇ ਵਿੱਚ ਜਿਹੜਾ ਇੱਕ ਮਹੱਤਵਪੂਰਨ ਅੰਗ, ਜਿੱਥੇ ਤੁਸੀਂ ਸਟੋਰੀ ਦੀ ਲਾਈਨ ਤਾਂ ਦੱਸ ਦਿੱਤੀ ਆ, ਇੱਕ ਮਹੱਤਵਪੂਰਨ ਅੰਗ ਹੁੰਦਾ ਗੀਤ ਸੰਗੀਤ, ਤੇ ਤੁਹਾਡਾ ਪਿਛੋਕੜ ਵੀ ਇਸ 'ਚ ਆ, ਤੇ ਮੈਨੂੰ ਲੱਗਦਾ ਵੀ ਤੁਸੀਂ ਸਿਲੈਕਸ਼ਨ ਦੇ ਵਿੱਚ ਵਧੀਆ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਕੀ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ ਮਿਊਜ਼ਿਕ ਦੇ ਵਿੱਚ? ਇਹਦੇ ਵਿੱਚ ਭਾਅ ਜੀ ਨਵਾਂ ਤਾਂ ਪਹਿਲੀ ਗੱਲ ਤਾਂ ਇਹੀ ਆ ਕਿ ਅਸੀਂ ਇਸ ਵਾਰ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ, ਅੱਗੇ ਵੀ ਨਹੀਂ ਕਰਦੇ। ਕੋਸ਼ਿਸ਼ ਸਾਡੀ ਹੁੰਦੀ ਹੈ ਵੀ ਇਸ ਵਾਰ ਤਾਂ ਬਿਲਕੁਲ ਸਿਚੁਏਸ਼ਨਸ ਦੇ ਹਿਸਾਬ ਦੇ ਨਾਲ, ਕਿਹੜੀ ਸਿਚੁਏਸ਼ਨ ਹੈ ਉੱਥੇ ਕਿਹੜਾ ਗਾਣਾ ਚਾਹੀਦਾ, ਉਸ ਗਾਣੇ ਨੂੰ ਕਿਹੜਾ ਸਿੰਗਰ ਗਾ ਸਕਦਾ। ਉੱਥੇ ਐਂ ਨਹੀਂ ਸਬਜੀ ਚੀਮਾ ਮੈਂ ਸਿੰਗਰ ਹਾਂ ਤਾਂ ਮੈਂ ਆਪਣੇ ਗਾਣੇ ਲਿਖੇ, ਆਪਣੇ ਵੀ ਗਾਉਣੇ ਆ ਤਾਂ ਆਪਣੇ ਆਪ ਹੀ ਗਾਉਣੇ ਆ। ਉਹਦੇ ਵਿੱਚ ਇਸ ਵਾਰ ਅਸੀਂ ਆਰਿਫ ਲੋਹਾਰ ਸਾਹਿਬ, ਜਿਹੜੇ ਜੀ ਆਲਮ ਲੋਹਾਰ ਸਾਹਿਬ ਦੇ ਬੇਟੇ ਆ, ਉਹਨਾਂ ਦਾ ਇਸ ਵਾਰ ਯੂਥ ਉਹਨਾਂ ਨੂੰ ਜਾਣਦਾ ਵੀ ਉਹਨਾਂ ਦਾ ਵੀ ਅਸੀਂ ਸਾਂਝੇ ਪੰਜਾਬ ਦੀ ਗੱਲ ਕੀ ਕਰਨੀ ਸੀ, ਕਿਉਂਕਿ ਉਹ ਵੀ ਸਾਡੇ ਪੰਜਾਬ ਬੋਲਦਾ ਦਾ ਇੱਕ ਪਾਰਟ ਆ ਫਿਲਮ ਦਾ ਜੀ। ਉਹਨਾਂ ਨੂੰ ਅਸੀਂ ਨਾਲ ਲਿਆ ਜੀ, ਸਾਂਝਾ ਪੰਜਾਬ ਜਿਹੜਾ ਗਾਣਾ ਅਸੀਂ ਇਕੱਠਿਆਂ ਨੇ ਗਾਇਆ। ਇੱਕ ਲੈਂਬਰ ਸੈਨਪੁਰੀ ਦੀ ਆਵਾਜ਼ ਤੁਹਾਨੂੰ ਮਿਲੇਗੀ ਜੀ ਮੇਰੇ ਨਾਲ, ਅਣਖੀ ਪੁੱਤ ਪੰਜਾਬੀ ਆ ਕੰਮ ਮਾੜੇ ਕਰਦੇ ਨੇ, ਸ਼ੇਰਾਂ ਵਾਂਗੂ ਗੱਜਦੇ ਗੱਜਰਾਂ 'ਤੇ ਵਰਦੇ ਨੇ। ਅਤੇ ਉਹਦੇ ਨਾਲ ਨਾਲ ਜੀ ਮਨਪ੍ਰੀਤ ਅਖਤਰ ਭੈਣ ਜੀ ਹੁਣਾਂ ਦਾ ਗਾਣਾ, ਗੁਰਲੇਜ ਅਖਤਰ ਦਾ ਗਾਣਾ, ਅਰਸ਼ਪ੍ਰੀਤ ਦਰ, ਇੱਕ ਕੁੜੀ ਪੁਸ਼ਪਿੰਦਰ ਕੌਰ ਹੈ ਜੀ, ਤਕਰੀਬਨ ਸਾਰੇ ਸੁਰੀਲੇ ਨਾਂ। ਹਾਂਜੀ ਹਾਂਜੀ, ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਕਿ ਹਰ ਇਨਸਾਫ ਹੋਵੇ ਹਰ ਗਾਣੇ ਦੇ ਨਾਲ, ਅਤੇ ਗਾਣੇ ਦੇ ਵਿੱਚ ਅਸੀਂ ਚੰਗੇ ਸੰਗੀਤ ਚੰਗਾ ਬਣਿਆ, ਐਂਟਰਟੇਨਿੰਗ ਸੰਗੀਤ ਹੈ ਜੀ। ਸੋ ਇਹ ਵੀ ਇੱਕ ਮਜ਼ਬੂਤ ਪੱਖ ਆ ਅੱਜ ਕੱਲ੍ਹ ਫਿਲਮਾਂ 'ਚ, ਕਿਉਂਕਿ ਜਿਹੜਾ ਯੂਥ ਆ ਉਹ ਕਿਤੇ ਨਾ ਕਿਤੇ ਉਹਨੂੰ ਮਿਊਜ਼ਿਕ ਜਿਹੜਾ ਕਿਤੇ ਨਾ ਕਿਤੇ ਭਾਉਂਦਾ। ਹਾਂਜੀ, ਅਤੇ ਮੈਸੇਜ ਦੇ ਨਾਂ 'ਤੇ ਜੇ ਅਸੀਂ ਹੁਣ ਅਸੀਂ ਗੱਲ ਕਰੀਏ ਇਸ ਫਿਲਮ ਦੇ ਵਿੱਚੋਂ, ਵੀ ਤੁਸੀਂ ਮੇਨ ਕਿਹੜੇ ਮੈਸੇਜ ਨੂੰ ਟਾਰਗੇਟ ਕੀਤਾ ਜਾਂ ਕਾਫੀ ਕਿਸਮ ਦੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ? ਭਾਅ ਜੀ ਇਹਨੂੰ ਅਸੀਂ ਪਹਿਲੀ ਤਾਂ ਗੱਲ ਆ ਕਿ ਜੋ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੰਜਾਬ ਬੋਲਦਾ ਰਾਹੀਂ ਅਸੀਂ ਉਹ ਕਹਾਣੀ ਦਿਖਾਈ ਆ ਪੰਜਾਬ ਦੀ ਕਹਾਣੀ ਜੀ। ਤੁਸੀਂ ਲਾ ਲਓ ਪੰਜਾਬ ਜਿਹੜਾ ਸਾਡੇ ਸਭ ਦਾ ਪਿਓ ਆ, ਅਸੀਂ ਉੱਥੋਂ ਜੰਮੇ ਹਾਂ, ਸਾਡੀਆਂ ਰੂਟਸ ਨੇ ਜੀ। ਔਰ ਹਰ ਬੰਦੇ ਦੀ ਕਹਾਣੀ ਦੇ ਵਿੱਚ ਤੋਂ ਦੁੱਖ ਵੀ ਆਉਂਦੇ, ਸੁੱਖ ਵੀ ਆਉਂਦੇ, ਬੰਦਾ ਮਸਤੀ ਵੀ ਕਰਦਾ, ਬੰਦਾ ਸੈਡ ਵੀ ਹੁੰਦਾ, ਬੰਦਾ ਦੂਜੇ ਨੂੰ ਐਂਟਰਟੇਨ ਵੀ ਕਰਦਾ, ਐਂਟਰਟੇਨ ਚਾਹੁੰਦਾ ਵੀ ਹੈ ਜੀ। ਬਿਲਕੁਲ ਇਸੇ ਤਰ੍ਹਾਂ ਹੀ ਪੰਜਾਬ ਬੋਲਦਾ ਵੀ ਅਸੀਂ ਇਨਸਾਨ ਦੀ ਤਰ੍ਹਾਂ ਉਹਦੀ ਜਿਹੜੀ ਪੂਰੀ ਕਹਾਣੀ ਆ ਪੰਜਾਬ ਵਸਣ ਤੋਂ ਲੈ ਕੇ ਪਾਰਟੀਸ਼ਨ ਹੋਈ ਹੁਣ ਤੱਕ ਪੂਰੀ ਦੀ ਪੂਰੀ ਕਹਾਣੀ ਪੇਸ਼ ਕੀਤੀ ਹੈ ਜੀ। ਉਹਦੇ ਨਾਲ ਅਸੀਂ ਜੋ ਅੰਦਰ ਖਾਤੇ ਲੁਕੀ ਹੋਈ ਆ ਜਾਂ ਲੋਕ ਮਜਬੂਰਨ ਗੱਲ ਖੁੱਲ੍ਹਣੀ ਨਹੀਂ ਚਾਹੁੰਦੇ ਜਾਂ ਦਬੇ ਹੋਏ ਨੇ, ਉਹ ਜਿਹੜੀ ਅਸੀਂ ਉਹ ਗੱਲ ਨੰਗੀ ਕਰਨ ਦੀ ਕੋਸ਼ਿਸ਼ ਕੀਤੀ ਸਿਸਟਮ ਦੀ ਢਾਂਚੇ ਦੀ ਜੀ। ਜੀ, ਸੋ ਉਮੀਦ ਆ ਜੀ ਇਹ ਚੀਜ਼ਾਂ ਨੂੰ ਪਸੰਦ ਕਰਨਗੇ ਸਾਡੇ ਸਰੋਤੇ। ਅਤੇ ਜਾਂਦੇ ਜਾਂਦੇ ਮੈਂ ਇੱਕ ਸਿਰਫ ਆਸਟ੍ਰੇਲੀਆ ਦੇ ਯੂਥ ਲਈ ਤੁਹਾਡੇ ਤੋਂ ਕੁਛ ਸੁਣਨਾ ਚਾਹਾਂਗਾ, ਕਿਉਂਕਿ ਜਿੱਦਾਂ ਕਿ ਪਤਾ ਤੁਸੀਂ ਕਿਹਾ ਵੀ ਬਹੁਤ ਸਾਰੇ ਪੰਜਾਬ ਵੱਸ ਗਏ ਆ, ਅਤੇ ਇੱਕ ਪੰਜਾਬ ਆਸਟ੍ਰੇਲੀਆ 'ਚ ਵੀ ਵਸਿਆ, ਅਤੇ ਉਹ ਹੈਗਾ ਯੰਗ ਪੰਜਾਬ। ਇਹ ਗੱਲ ਸਾਰੇ ਦੁਨੀਆ ਨੂੰ ਪਤਾ ਵੀ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਯੰਗ ਪੀਪਲ ਆ ਕੇ ਵਸੇ ਆ। ਇਹਨਾਂ ਜਿਹੜੇ ਯੰਗ ਪੀਪਲ ਹੁੰਦੇ ਆ, ਇਹ ਇੱਕ ਬੜੀ ਕਰੂਸ਼ਲ ਜੀ ਸਟੇਜ ਹੁੰਦੀ ਆ ਉਮਰ ਦੀ, ਅਤੇ ਇਹ ਸਿੱਧੇ ਵੀ ਚੱਲ ਸਕਦੇ ਆ, ਗਲਤ ਵੀ ਚੱਲ ਸਕਦੇ ਆ, ਪਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪਤਾ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਯੂਥ ਨੇ ਆਪਦਾ ਇੱਕ ਮੁਕਾਮ ਹਾਸਲ ਕਰ ਰਿਹਾ ਅਤੇ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ। ਉਹਨਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਇਹ ਬਹੁਤ ਚੰਗਾ ਹੋਇਆ ਜੀ ਸਾਡਾ ਯੂਥ, ਇਹਨਾਂ ਨੇ ਰਾਹ ਖੋਲ੍ਹਿਆ ਆਸਟ੍ਰੇਲੀਆ ਗਵਰਨਮੈਂਟ ਨੇ, ਸਾਡੇ ਬਹੁਤ ਸਾਰੇ ਬੱਚੇ ਘਰਾਂ ਦੇ ਇੱਥੇ ਪਹੁੰਚੇ ਆ, ਜਿਹਦੇ ਕਰਕੇ ਉਹਨਾਂ ਨੇ ਕੰਮ ਵੀ ਕੀਤਾ, ਆਪਣਾ ਪਾਰਟ ਟਾਈਮ ਆਪਣੀ ਸਟੱਡੀ ਵੀ ਕੀਤੀ ਆ, ਪਰਿਵਾਰ ਸੌਖੇ ਵੀ ਹੋਏ ਪਿੱਛੇ। ਪਰ ਇੱਕ ਮੈਂ ਗੱਲ ਬਰਾੜ ਸਾਹਿਬ ਕਹੂੰਗਾ ਵੀ ਜਿਹੜੇ ਕਾਰਨਾਂ ਕਰਕੇ, ਮੀਡੀਆ ਨੂੰ ਵੀ ਪਤਾ, ਲੋਕਾਂ ਨੂੰ ਵੀ ਪਤਾ ਆ, ਜਿਹੜੇ ਕਾਰਨਾਂ ਕਰਕੇ ਕੁਛ ਨਾ ਕੁਛ ਪ੍ਰੋਬਲਮਸ ਆਈਆਂ ਜੀ, ਸਾਨੂੰ ਉਹਦੇ ਬਾਰੇ ਇੱਕ ਥੋੜ੍ਹਾ ਜਿਹਾ ਉਹਦੇ ਬਾਰੇ ਇੱਕ ਝਾਤ ਮਾਰਨੀ ਚਾਹੀਦੀ ਹੈ, ਕਿੱਥੇ ਗਲਤੀ ਹੋਈ ਆ ਜੀ, ਜੀ ਕਿਹਦੇ ਕਰਕੇ ਜਿਹੜਾ ਹੁਣ ਕੰਮ ਰੁਕਿਆ ਜਾਂ ਸਟੂਡੈਂਟਸ ਨਹੀਂ ਆ ਰਹੇ ਜਾਂ ਕੰਮ ਦੀ ਪ੍ਰੋਬਲਮ ਹੈ, ਕੋਈ ਕਿਹੜੀਆਂ ਪ੍ਰੋਬਲਮਸ ਹੈ, ਉਹ ਸਾਨੂੰ ਥੋੜ੍ਹੀ ਝਾਤ ਮਾਰ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਉਹ ਥੋੜ੍ਹਾ ਜਿਹਾ ਸਬਕ ਸਿੱਖੀਏ। ਬੱਚੇ ਜਿਹੜੇ ਦੇਖੋ ਮਸਤੀ ਹਰ ਇੱਕ ਬੰਦੇ ਨੇ ਆਪਣੀ ਯੰਗ ਏਜ ਦੇ ਵਿੱਚ ਕੀਤੀ ਹੁੰਦੀ ਆ, ਅਸੀਂ ਰੱਬ ਨਹੀਂ, ਅਸੀਂ ਵੀ ਬਚਪਨ ਹੰਢਾਇਆ, ਜਵਾਨੀ ਹੰਢਾਈ ਆ, ਕੋਲਜ ਲਾਈਫ ਦੇਖੀ ਆ, ਪਰ ਮਸਤੀ ਉਵੇਂ ਦੀ ਕਰੋ ਜਿਹਦਾ ਤੁਹਾਨੂੰ, ਤੁਹਾਡੇ ਪੇਰੈਂਟਸ ਨੂੰ ਅਤੇ ਤੁਹਾਡੇ ਖਾਨਦਾਨ ਨੂੰ ਕੋਈ ਉੱਦਾਂ ਦਾ ਦਾਗ ਧੱਬਾ ਨਾ ਲੱਗੇ, ਨੁਕਸਾਨ ਨਾ ਹੋਵੇ ਜਿਹਦੇ ਨਾਲ ਤੁਹਾਡਾ ਸਾਰਾ ਜਿਹੜਾ ਪਰਿਵਾਰ ਹੈ ਜਾਂ ਤੁਸੀਂ ਵੀ ਉਹਦੀ ਲਪੇਟ ਦੇ ਵਿੱਚ ਆ ਜਾਓ ਜੀ। ਮਸਤੀ ਕਿਸੇ ਹੱਦ ਤੱਕ ਕਰਨੀ ਚਾਹੀਦੀ ਆ, ਜਵਾਨੀ ਦੇ ਵਿੱਚ ਮਸਤੀ ਹੁੰਦੀ ਆ, ਪਰ ਗਲਤ ਰਾਹ ਨਾ ਚੂਜ਼ ਕਰੋ ਵੀ ਇਹ ਇੱਕ ਪੁੱਠੀਆਂ ਗੱਲਾਂ ਹੀ ਆ, ਅਸੀਂ ਇੰਜੋਏ ਇਹ ਹੀ ਹੈਗਾ, ਨਸ਼ੇ ਕਰਨੇ, ਡਰੱਗਸ ਕਰਨੇ। ਇਹ ਮੈਂ ਯੂਥ ਨੂੰ ਦੱਸਦਾ ਕਿ ਜਿਹੜੀ ਡਰੱਗਸ ਦੀ ਮਸਤੀ ਆ, ਇਹ ਬੰਦੇ ਦੀ ਲਾਈਫ 2 ਤੋਂ 4 ਸਾਲ ਆ, ਉਦੋਂ ਬਾਅਦ ਬੰਦਾ ਡਿੱਲ ਹੋ ਜਾਂਦਾ ਜੀ। ਨਸ਼ਾ ਉਹ ਕਰੋ, ਮੈਂ ਸਾਡੀ ਆਉਣ ਵਾਲੀ ਐਲਬਮ ਦਾ ਗਾਣਾ ਅਮਰਾਜ ਸਾਹਿਬ ਕਿ ਹੱਕ ਦੀ ਰੋਟੀ ਖਾ ਕੇ ਵੇਖ ਲਿਆ ਨਸ਼ਾ ਬੜਾ ਹੈ, ਸੱਚੀ ਕਿਰਤ ਕਮਾ ਕੇ ਵੇਖ ਲਿਆ ਨਸ਼ਾ ਬੜਾ ਹੈ, ਹਾਂਜੀ ਡੰਡ ਬੈਠਕਾਂ ਲਾ ਕੇ ਵੇਖ ਲਿਆ
ਜੇ ਅਮਲੀ ਹੋਣਾ ਤੇ ਕੋਈ ਇਹੋ ਜਿਹਾ ਨਸ਼ਾ ਲਾਓ ਜਿਹੜਾ ਤੁਹਾਨੂੰ ਬੁੱਢੇ ਹੋਣ ਤੱਕ ਤੁਹਾਨੂੰ ਉਹ ਨਸ਼ਾ ਚੜਿਆ ਰਵੇ ਤੁਹਾਨੂੰ ਉਸ ਨਸ਼ੇ ਦੀ ਲੋੜ ਹੀ ਨਹੀਂ ਪੈਂਦੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਚੀਮਾ ਸਾਹਿਬ ਨੇ ਅਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਚੀਮਾ ਸਾਹਿਬ ਤੁਸੀਂ ਸਾਨੂੰ ਆਪਦੇ ਕੀਮਤੀ ਵਕਤ 'ਚੋਂ ਵਕਤ ਕੱਢਿਆ ਅਤੇ ਮੈਂ ਨਾਲ ਹੀ ਸਾਡੇ ਸਰੋਤਿਆਂ ਨੂੰ ਵੀ ਜਿਹੜੀ ਗੁਜ਼ਾਰਿਸ਼ ਕਰਾਂਗਾ ਵੀ ਜੇ ਤੁਸੀਂ ਕਹਿੰਦੇ ਹਾਂ ਅਸੀਂ ਅਕਸਰ ਹੀ ਮਾੜੇ ਨੂੰ ਭੰਡਦੇ ਹਾਂ ਅਤੇ ਮਾੜੇ ਦੇ ਵਿਰੁੱਧ ਖੜ੍ਹਦੇ ਹਾਂ ਪਰ ਉਹ ਅਸੀਂ ਅੱਧਾ ਕਾਰਜ ਕਰਦੇ ਹਾਂ ਜੇ ਅਸੀਂ ਕੋਈ ਚੰਗਾ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਨੂੰ ਚੰਗਾ ਕਹਿਣਾ ਪਊ ਅਤੇ ਚੰਗੇ ਦੇ ਨਾਲ ਵੀ ਖੜ੍ਹਨਾ ਪਊ ਫਿਰ ਇਹ ਸਾਡਾ ਜਿਹੜਾ ਕਾਰਜ ਆ ਜਿਹੜਾ ਸੰਪੂਰਨ ਹੋਣਾ ਜਿਹੜਾ ਅਸੀਂ ਕਿ ਅਧੂਰਾ ਨਾ ਛੱਡੀਏ ਇਸੇ ਆਸ ਨਾਲ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਜ਼ਰੂਰ ਇਹ ਫਿਲਮ ਦੇਖਣ ਜਾਓ ਥੀਏਟਰ 'ਚ ਅਤੇ ਜੋ ਵੀ ਚੰਗੇ ਲਿਖਦੇ ਆ ਚੰਗੇ ਗਾਉਂਦੇ ਆ ਚੰਗੀ ਫਿਲਮ ਬਣਾਉਂਦੇ ਆ ਉਹਨਾਂ ਦੀ ਹੌਸਲਾ ਅਫਜਾਈ ਕਰੋ ਸੋ ਬਹੁਤ ਬਹੁਤ ਮਿਹਰਬਾਨੀ ਚੀਮਾ ਸਾਹਿਬ ਤੁਸੀਂ ਹਰਮਨ ਰੇਡੀਓ ਦੇ ਸਪੈਸ਼ਲਿਸਟ ਪ੍ਰੋਗਰਾਮ 'ਚ ਆਏ ਅਤੇ ਉਮੀਦ ਕਰਦੇ ਹਾਂ ਜੀ ਤੁਹਾਡੀ ਫਿਲਮ ਲਈ ਅਸੀਂ ਦੁਆ ਕਰਦੇ ਹਾਂ ਵੀ ਉਹ ਬਹੁਤ ਵਧੀਆ ਆਪਦੇ ਮੁਕਾਮ ਬਣਾਊਗੀ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਅੱਡੇ ਸ਼ੋਭ ਸ਼ਾਵਾਂ ਸਿਰ ਮੱਥੇ ਆ ਇਹ ਬਰਾੜ ਸਾਹਿਬ ਮੈਂ ਦੱਸਦਾ ਕਿ 15 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਹੈ ਜੀ ਦੁਨੀਆ ਭਰ ਦੇ ਵਿੱਚ ਅਤੇ ਚਲੋ ਮੈਂ ਨਾਲ ਦੀ ਨਾਲ ਤੁਹਾਡਾ ਸਮੁੱਚੀ ਟੀਮ ਦਾ ਹਰਮਨ ਰੇਡੀਓ ਜਿਹੜਾ ਦੁਨੀਆ ਭਰ ਦੇ ਵਿੱਚ ਸੁਣਿਆ ਜਾਂਦਾ ਇੰਟਰਨੈਟ ਦੇ ਜ਼ਰੀਏ ਤੁਸੀਂ ਬਹੁਤ ਤੁਹਾਡਾ ਵੱਡਾ ਅਤੇ ਚੰਗਾ ਉੱਦਮ ਆ ਜੋ ਉਪਰਾਲਾ ਆ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਮੀਡੀਆ ਲਈ ਪੰਜਾਬੀ ਲਈ ਪੰਜਾਬੀਅਤ ਲਈ ਪੰਜਾਬੀ ਕਲਚਰ ਲਈ ਟਾਈਮ ਕੱਢਣਾ ਬੜਾ ਮੁਸ਼ਕਲ ਹੈ ਤੁਸੀਂ ਵਧਾਈ ਦੇ ਪਾਤਰ ਹੋ ਤੁਹਾਡੀ ਸਾਰੀ ਟੀਮ ਤੁਸੀਂ ਉਪਰਾਲਾ ਕਰਦੇ ਹੋ ਅਤੇ ਮੇਰਾ ਸਭ ਨੂੰ ਪੰਜਾਬੀਆਂ ਨੂੰ ਯੂਥ ਨੂੰ ਇਹ ਕਹਿਣਾ ਕਿ ਉੱਦਾਂ ਦਾ ਕੰਮ ਕਰੀਏ ਜਿਹਦਾ ਮੀਡੀਆ ਦੇ ਵਿੱਚ ਛਲਾਂਗਾ ਹੋਵੇ ਇਹਨਾਂ ਨੂੰ ਵੀ ਉਸ ਚੀਜ਼ ਦੀ ਕਵਰੇਜ ਕਰਦਿਆਂ ਦੀ ਦੁਨੀਆ ਭਰ ਦੇ ਵਿੱਚ ਫੈਲਾਉਂਦਿਆਂ ਨੇ ਇਹਨਾਂ ਨੂੰ ਵੀ ਉਹਦਾ ਉਸ ਚੀਜ਼ ਦਾ ਮਾਣ ਹੋਵੇ ਵੀ ਸਾਡੇ ਪੰਜਾਬੀ ਭਾਈਚਾਰੇ ਨੇ ਆਹ ਕੰਮ ਕੀਤਾ ਇਹਨੂੰ ਅਸੀਂ ਪ੍ਰਮੋਟ ਕਰੀਏ ਦੁਨੀਆ ਭਰ ਦੇ ਵਿੱਚ ਅਤੇ ਜਦੋਂ ਕੋਈ ਗਲਤੀ ਹੁੰਦੀ ਹੈ ਗਲਤੀ ਇਨਸਾਨ ਕਰਦਾ ਗਲਤੀ ਬਾਰੇ ਸਾਨੂੰ ਜਿਹੜੇ ਸਾਡੀ ਗਲਤ ਚੀਜ਼ਾਂ ਨੇ ਉਹ ਸਾਨੂੰ ਸੁਣਨਾ ਵੀ ਆਉਣਾ ਚਾਹੀਦਾ ਗਲਤੀ ਦੀ ਫਿਰ ਉਹਦੇ ਗੁੱਸਾ ਨਹੀਂ ਕਰਨਾ ਚਾਹੀਦਾ ਰਿਐਕਸ਼ਨ ਦਾ ਜਿਹੜਾ ਰਿਐਕਸ਼ਨ ਹੁੰਦਾ ਅਤੇ ਮੈਂ ਨਾਲ ਦੀ ਨਾਲ ਇਹ ਦੁਆ ਵੀ ਕਰੂੰਗਾ ਕਿ ਪੰਜਾਬੀ ਸਾਡੇ ਆਪਣਾ ਪੰਜਾਬ ਵਤਨ ਆਪਣੇ ਘਰਦਿਆਂ ਨੂੰ ਕਈ ਬੱਚੇ ਛੱਡੀ ਬੈਠੇ ਆ ਜੀ ਤੁਸੀਂ ਜਿੱਥੇ ਵੀ ਹੈਗੇ ਆ ਜੀ ਸਦਾ ਆਬਾਦ ਰਹੋ ਜ਼ਿੰਦਾਬਾਦ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਬਿਲਕੁਲ ਜੀ ਸੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹੀ ਦੁਆਵਾਂ ਚੀਮਾ ਸਾਹਿਬ ਤੋਂ ਸਾਨੂੰ ਮਿਲੀਆਂ ਅਤੇ ਅਸੀਂ ਵੀ ਇਹਨਾਂ ਦੇ ਵੱਟੇ ਕੁਝ ਨਾ ਕੁਝ ਚਾਹਾਂਗੇ ਵੀ ਅਸੀਂ ਇਹਨਾਂ ਦੀ ਜਿਹੜੀ ਫਿਲਮ ਨੂੰ ਅਤੇ ਜਾਂ ਇਹਨਾਂ ਦੀ ਗਾਇਕੀ ਨੂੰ ਪ੍ਰਮੋਟ ਕਰੀਏ ਸੋ ਦੋਸਤੋ ਕਿੱਦਾਂ ਦਾ ਲੱਗਿਆ ਤੁਹਾਨੂੰ ਹਰਮਨ ਰੇਡੀਓ ਦਾ ਜਿਹੜੀ ਇਹ ਮੁਲਾਕਾਤ ਆਪਣੀ ਫੀਡਬੈਕ ਜ਼ਰੂਰ ਦਿਓ ਅਤੇ ਮੈਂ ਕਿਸੇ ਨਵੀਂ ਸ਼ਖਸੀਅਤ ਨਾਲ ਫੇਰ ਹਾਜ਼ਰ ਹੋਵਾਂਗਾ ਜੀ ਤੁਹਾਡੇ ਕੋਲ ਫਿਲਹਾਲ ਮੈਨੂੰ ਮਿੰਟੂ ਬਰਾੜ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ